ਜੇ ਬੰਦ ਕੀਤਾ ਸੀ ਤਾਂ ਸਾਡਾ 434 ਕਿਸਾਨ ਸਾਡਾ ਇੱਥੇ ਫੱਟੜ ਹੋਇਆ ਵਾ ਤੇ 5 ਨੌਜਵਾਨ ਪੰਜਾਬ ਦੇ ਪੁੱਤਾਂ ਦੀਆਂ ਅੱਖਾਂ ਗਈਆਂ ਨੇ ਤੇ ਸ਼ੁਭ ਕਰਨ ਦੇ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਪੰਜਾਬ ਦਾ ਪੁੱਤ ਇਹਨਾਂ ਲੋਕਾਂ ਨੇ ਸ਼ਹੀਦ ਕੀਤਾ ਔਰ ਜਿਹੜੇ ਹੋਰ ਬਹੁਤ ਸਾਰੇ ਨੁਕਸਾਨ ਜਿਵੇਂ ਖਨੌਰੀ ਕਹਿ ਲਈਏ ਔਰ ਸ਼ੰਭੂ ਬਾਰਡਰ ਤੇ ਜਿਹੜੇ ਹੋਏ ਔਰ ਮੈਂ ਸਮਝਦਾ ਮੋਰਚੇ ਵੱਲੋਂ ਅਪੀਲ ਕਰਨੀ ਚਾਹੁੰਦਾ ਕਿਉਂਕਿ ਅਗਰ ਕਿਸੇ ਕਿਸਾਨ ਆਗੂ ਨੇ ਛਿੱਕ ਮਾਰਨੀ ਹੁੰਦੀ ਆ ਤਾਂ ਇੰਟੈਲੀਜੈਂਸ ਨੂੰ ਪਹਿਲਾਂ ਪਤਾ ਹੁੰਦਾ ਇਹ ਬਿਲਕੁਲ ਸਰਕਾਰਾਂ ਦੀ ਸਹਿਮਤੀ ਨਾਲ ਔਰ ਪ੍ਰਸ਼ਾਸਨ ਦੀ ਸਹਿਮਤੀ ਨਾਲ ਜਿਹੜਾ ਇਹ ਉੱਦੜ ਦਾ ਜਿਹੜਾ ਇਹ ਕਹਿ ਲਈਏ ਵੀ ਉਹਨਾਂ ਨੇ ਇੱਕ ਸੜਿਅੰਤਰ ਰਚ ਕੇ ਇੱਕ ਗਿਣ ਮਿਚ ਕੇ ਕਿਉਂਕਿ ਸਰਕਾਰਾਂ ਕਦੇ ਅੱਗੇ ਨਹੀਂ ਆਉਂਦੀਆਂ ਹੁੰਦੀਆਂ ਉਹਨਾਂ ਦੇ ਹੱਥ ਠੋਕੇ ਹੀ ਹੁੰਦੇ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਚਾਹੇ ਉਹ ਕੋਈ ਜਿਹੜਾ ਕਹਿ ਲਈਏ ਵੀ ਮੈਨਿਕ ਦਾ ਕੰਮ ਕਰਦਾ ਕਾਲਾ ਬਜ਼ਾਰੀ ਦੀ ਹੋਵੇ ਕਿਸੇ ਦਾ ਹੋਟਲ ਹੋਵੇ ਕੋਈ ਵੀ ਹੋਵੇ ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਅਸੀਂ ਜੇ ਇਹ ਮੋਰਚਾ ਕਿਸਾਨੀ ਦੀ ਗੱਲ ਕਰਦਾ ਮਜ਼ਦੂਰੀ ਦੀ ਵੀ ਗੱਲ ਕਰਦਾ ਜੇ ਮਜ਼ਦੂਰੀ ਦੀ ਗੱਲ ਕਰਦਾ ਤਾਂ ਕਿਤੇ ਨਾ ਕਿਤੇ ਛੋਟਾ ਦੁਕਾਨਦਾਰ ਵੱਡਾ ਛੋਟਾ ਵਪਾਰੀ ਉਹਦੀ ਸਾਰੇ ਦੀ ਗੱਲ ਕਰਦਾ ਜਿਵੇਂ ਸਾਡੇ ਆਗੂ ਸਾਹਿਬਾਨਾਂ ਨੇ ਤੁਹਾਨੂੰ ਬੜਾ ਬਰੀਕ ਨਾਲ ਦੱਸਿਆ ਹੈਗਾ ਵਾ ਕਿਉਂਕਿ ਜਿਹੜਾ ਬੱਤਰਾ ਹੈਗਾ ਕੱਪੜਾ ਮਾਰਕੀਟ ਦਾ ਪ੍ਰਧਾਨ ਹੈਗਾ ਅੰਬਾਲੇ ਤੋਂ ਤੁਸੀਂ ਪਿਛੋਕੜਾ ਆਪ ਦੇਖ ਲਿਓ ਤੁਸੀਂ ਇਹਨਾਂ ਦੇ ਸੋਸ਼ਲ ਮੀਡੀਆ ਤੇ ਜਾਇਓ ਪੇਜਾਂ ਤੇ ਜਾਇਓ ਕਿਹਦੇ ਕਿਹਦੇ ਨਾਲ ਲਿੰਕ ਹੈਗੇ ਆ ਸੋ ਸਰਕਾਰਾਂ ਸਾਰਾ ਕੁਛ ਕਰਾਉਣੀਆਂ ਅਸੀਂ ਦਿੱਲੀ ਦੇ ਵਿੱਚ ਬੜਾ ਦੇਖਿਆ ਉੱਥੇ ਵੀ ਆਹੀ ਕੁਛ ਹੁੰਦਾ ਸੀ ਔਰ ਸਮਝਦੇ ਹਾਂ ਵੀਡੀਓ ਤੁਸੀਂ ਵੀ ਦੇਖੀ ਆ ਉਹਦੇ ਵਿੱਚ ਉਹਨਾਂ ਦੇ ਜਿਹੜੇ ਕੁਝ ਹੈਗੇ ਲੋਕ ਉਹ ਕਹਿ ਤੇ ਅਸੀਂ ਬਿਜਲੀ ਕੱਟ ਦਿਆਂਗੇ ਆਹ ਕੱਟ ਦਿਆਂਗੇ ਉਹ ਕੱਟ ਦਿਆਂਗੇ ਤਾਂ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਇੱਥੇ ਬੈਠੇ ਹਾਂ 133-134 ਦਿਨ ਦੇ ਜਿਨ੍ਹਾਂ ਨੇ ਆ ਕੇ ਸਾਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਸਟੇਜ ਨੂੰ ਔਰ ਕੋਈ ਵੀ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਅਗਰ ਸਾਡੇ ਆਗੂ ਜਾਂ ਸਾਡੇ ਕਿਸਾਨ ਸਮਝਦਾਰ ਨਾ ਹੁੰਦੇ ਤਾਂ ਕਿਸੇ ਨਾ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਹੋ ਜਾਂਦਾ ਹੈ ਜੇ ਜਦੋਂ ਉਹਨਾਂ ਨੇ ਆ ਕੇ ਸਾਡੇ ਆਗੂਆਂ ਨੂੰ ਜਾਂ ਕਹਿ ਲਈਏ ਕਿਸਾਨਾਂ ਨੂੰ ਪ੍ਰਵੋਕ ਕੀਤਾ ਵਾ ਪ੍ਰਵੋਕ ਏਦਾਂ ਨਹੀਂ ਹੋ ਜਾਂਦਾ ਮੋਰਚਾ ਲੱਗਿਆ ਹੋਇਆ 5-5 ਕਿਲੋਮੀਟਰ 'ਚ ਮੋਰਚਾ ਖੜਾ ਵਾ ਗਿਣਵੇਂ ਮਿਚਵੇ ਬੰਦੇ ਆਉਣ ਕਿਸੇ ਦੀ ਸਹਿ ਤੇ ਆਉਂਦੇ ਹੁੰਦੇ ਆ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਭਾਜਪਾ ਸਰਕਾਰ ਜੋ ਲੋਕ ਕਹਿੰਦੇ ਸੀ ਉਹ ਸੱਚ ਹੋ ਗਈ ਬੜੀ ਰਲ ਮਿਲ ਕੇ ਮਤਲਬ ਗੱਲ ਬੱਕੜੀ ਪਾ ਕੇ ਇਹ ਇਹਨਾਂ ਨੇ ਆਪਦਾ ਜਿਹੜਾ ਹੈਗਾ ਇਹ ਗਿਣ ਮਿਚ ਕੇ ਇਹ ਕੰਮ ਕੀਤਾ ਵਾ ਮੈਂ ਤੁਹਾਡੇ ਮਾਧਿਅਮ ਨੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਜਿਹੜੇ ਪੁਆਧ ਦੇ ਲੋਕ ਨੇ ਬੜੇ ਬੜੇ ਧਰਮੀ ਲੋਕ ਨੇ ਬੜੇ ਦਲੇਰੀ ਲੋਕ ਨੇ ਜਦੋਂ ਦਿੱਲੀ ਵੀ ਮੋਰਚਾ ਲੱਗਿਆ ਇਹਨਾਂ ਨੇ ਆਪਦੇ ਮੂੰਹਾਂ ਚੋਂ ਕੱਢ ਕੇ ਕਿਸਾਨਾਂ ਖਾਤਰ ਕੀਤਾ ਮਜ਼ਦੂਰਾਂ ਖਾਤਰ ਕੀਤਾ ਅਸੀਂ 13 ਫਰਵਰੀ ਨੂੰ ਇੱਥੇ ਪਹੁੰਚੇ ਵੀ ਨਹੀਂ ਸੀ ਪੁਆਧ ਦੇ ਲੋਕਾਂ ਦੇ ਲੰਗਰਾਂ ਦੇ ਲੰਗਰ ਆ ਗਏ ਸੀ ਸੋ ਮੈਂ ਕਹਿਣਾ ਚਾਹੁੰਦਾ ਇਹ ਜਿਹੜੀ ਗੱਲ ਕਰਦੇ ਨੇ ਪੁਆਧ ਦੇ ਲੋਕ 24 ਘੰਟੇ ਦਿਨ ਰਾਤ ਸਾਹ ਦਾ ਇੱਕ ਇੱਕ ਸਾਹ ਇਸ ਮੋਰਚੇ ਲਈ ਲਾਉਣਾ ਚਾਹੁੰਦੇ ਆ ਅਸੀਂ ਪਿੰਡਾਂ ਦੇ ਵਿੱਚੋਂ ਕਿਤੇ ਪ੍ਰੋਗਰਾਮ 'ਚ ਤੁਰਦੇ ਹਾਂ ਤਾਂ ਟੇਲੀਆਂ ਏਜੰਸੀ ਪਹਿਲਾਂ ਰਿਪੋਰਟ ਦਿੰਦੇ ਨੇ ਫਲਾਣੇ ਪਿੰਡੋਂ ਇੰਨੇ ਬੰਦੇ ਆ ਰਹੇ ਨੇ ਫਲਾਣੇ ਥਾਂ ਰੋਡ 'ਤੇ ਜਾਣਗੇ ਘਰਾਓ ਕਰਨਗੇ ਧਰਨਾ ਦੇਣਗੇ ਕੀ ਇੱਥੋਂ ਦੀ ਟੇਲੀ ਏਜੰਸੀ ਨੂੰ ਨਹੀਂ ਸੀ ਪਤਾ ਬੰਦੇ ਉਮਾਲੇ ਤੋਂ ਚੱਲ ਕੇ ਇਕੱਠੇ ਹੋ ਕੇ ਇੱਥੇ ਆ ਰਹੇ ਆ ਪੰਜਾਬ ਦੇ ਵਿੱਚੋਂ ਇੱਥੇ ਬੰਦੇ ਆ ਰਹੇ ਨੇ ਉਹਨਾਂ ਦੀ ਪਹਿਲਾਂ ਗੁਰੂ ਘਰ ਦੇ ਵਿੱਚ ਮੀਟਿੰਗ ਹੁੰਦੀ ਹੈ ਨਾਲ ਸਾਡੇ ਇੱਥੇ ਗਵਾਂਢੀ ਪਿੰਡ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕਰਦੇ ਨੇ ਵੀ ਆਪਾਂ ਉੱਥੇ ਜਾਣਾ ਹੈ ਗੱਲਬਾਤ ਨਹੀਂ ਕਰਨੀ ਇਸ਼ੂ ਇਹ ਉਠਾਉਣਾ ਹੈ ਕਿ ਇਸ ਮੋਰਚੇ ਨੂੰ ਬਦਨਾਮ ਕਰਨਾ ਕਿਉਂਕਿ ਜਿਹੜੀ ਸਵਾਲ ਵਾਰ ਵਾਰ ਚੱਲ ਰਹੀ ਚਰਚਾ ਕਿ ਰਸਤਾ ਰੋਕਿਆ ਅਸੀਂ ਇਹ ਦੋਨੇ ਫੋਰਮਾਂ ਵੱਲੋਂ ਕਲੀਅਰ ਕੀਤਾ ਕਿ 13 ਫਰਵਰੀ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਕਰਕੇ ਰੈਲੀਆਂ ਕਰਕੇ ਪ੍ਰੋਗਰਾਮ ਤੈਅ ਕਿ 13 ਫਰਵਰੀ ਨੂੰ ਦਿੱਲੀ ਚੱਲੋ ਅਸੀਂ ਦੋਨੇ ਫੋਰਮ ਉਸ ਲਾਂਡ 'ਤੇ ਅੱਜ ਵੀ ਸਟੈਂਡ ਕਰਦੇ ਹਾਂ ਕਿ ਸਰਕਾਰ ਰੋਕਾਂ ਹਟਾਵੇ
ਅਸੀਂ ਦਿੱਲੀ ਨੂੰ ਜਾ। ਜਿਹੜੀ ਨਾਲ ਰਹੇ ਕਿ ਪਿੰਡਾਂ ਦੀ ਗੱਲ ਆ, ਸਾਡੇ ਨਾਲ ਉਹ ਖੜੇ ਨੇ ਸਾਰੇ ਪਿੰਡ ਜਿਹੜੇ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ, ਲੰਗਰ ਪਾਣੀ ਲੈ ਕੇ ਆ ਰਹੇ ਨੇ, ਸਾਡੀਆਂ ਭੈਣਾਂ ਆ ਰਹੀਆਂ ਨੇ, ਅਨਾਉਂਸਮੈਂਟਾਂ ਕਰ ਰਹੇ ਨੇ, ਅੱਜ ਵੀ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਵੀ ਇਹਨਾਂ ਨੇ ਜਾਣ ਬੁੱਝ ਕੇ 5-7 ਬੰਦਿਆਂ ਨੇ ਜਿਹੜੇ ਸਿਆਸੀ ਪਾਰਟੀਆਂ ਨਾਲ ਸੰਬੰਧਿਤ, ਅਸੀਂ ਤਾਂ ਇਹ ਕਹਾਂਗੇ ਜਿਹੜੀ ਲੋਕ ਕਹਿੰਦੇ ਸੀ ਵੀ ਬੀ ਟੀਮ ਹੈ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦੋਨੇ ਰਲੇ ਹੋਏ ਨੇ, ਦੋਨੇ ਰਲ ਕੇ, ਕਿਉਂਕਿ ਉਹਦੀਆਂ ਪਿਛਲਾ ਅਮਲ ਦੱਸਦਾ, ਮੁੱਖ ਮੰਤਰੀ ਪੰਜਾਬ ਦਾ ਅਮਲ ਦੱਸਦਾ ਹੈ ਕਿ ਜੋ ਕੁਛ ਕਿਹਾ ਉਹਨੇ ਉਹ ਸਾਰਾ ਕੁਛ, ਜੋ ਬੀਜੇਪੀ ਕਹਿ ਰਹੀ ਹੈ ਉਹੀ ਕੁਛ ਆਮ ਆਦਮੀ ਪਾਰਟੀ ਕਹਿ ਰਹੀ ਹੈ। ਤਾਂ ਅਸੀਂ ਅੱਜ ਦੀ ਮਤਲਬ ਰਾਹੀਂ ਤੁਹਾਨੂੰ ਇਹ ਸਾਫ ਕਰਨਾ ਚਾਹੁੰਦੇ ਹਾਂ ਕਿ 4 ਮੋਰਚੇ ਇਸ ਵਕਤ ਚੱਲ ਰਹੇ ਆ ਸਾਡੇ ਰਤਨਪੁਰਾ ਰਾਸਤਾ, ਡੱਬ ਵਾਲੀ, ਖਨੌਰੀ, ਸ਼ੰਭੂ ਬਾਰਡਰ 'ਤੇ ਜਿੱਥੇ ਆਪਾਂ ਬੈਠੇ, ਚਾਰੇ ਰਸਤੇ ਸਰਕਾਰ ਨੇ ਰੋਕੇ ਹੋਏ ਆ। ਜਿਹੜੀ ਇਹ ਗੱਲ ਆਈ ਸੀ ਬਈ ਇਹ ਪੈਦਲ ਜਾ ਵੜਨ, ਟਰਾਲੀਆਂ ਟਰੈ ਟਰਾਲੀਆਂ ਨਾ ਲੈ ਕੇ ਜਾਣ, ਇਹ ਵੀ ਤੁਹਾਡੇ ਯਾਦ ਹੋਣਾ, ਅਸੀਂ ਜਿਹੜਾ ਉਦੋਂ ਅਥਰੂ ਗੈਸ ਦੇ ਗੋਲੇ ਛੱਡੇ, ਕਿਸਾਨ ਜ਼ਖਮੀ ਕੀਤੇ, ਅਸੀਂ ਇਹ ਕਾਲ ਵੀ ਦਿੱਤੀ ਸੀ ਪੂਰੇ ਭਾਰਤ ਦੇ ਵਿੱਚੋਂ ਪੈਦਲ ਦਿੱਲੀ ਵੱਲ ਨੂੰ ਆਵਾਂਗੇ, ਤਾਂ ਸਾਡੇ ਕਿਸਾਨ ਯੂਪੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ, ਕਰਨਾਟਕਾ 'ਚ, ਤਾਮਿਲਨਾਡੂ ਦੇ ਵਿੱਚ, ਖਾਸ ਕਰਕੇ ਜੰਤਰ ਮੰਤਰ 'ਤੇ ਉਹ ਜਿਹੜੇ ਤਾਮਿਲਨਾਡੂ ਵਾਲੇ ਸਾਡੇ ਬੰਦੇ ਆਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ 'ਚ ਲਿਜਾਇਆ ਗਿਆ, ਉੱਥੇ ਵੀ ਉਹਨਾਂ ਨੇ ਆ ਕੇ ਜਿਹੜਾ ਕੁਛ ਪੈਦਲ ਵੀ ਨਹੀਂ ਜਾਣ ਦਿੱਤਾ। ਅਤੇ ਜਿਹੜੇ ਇਹ ਪ੍ਰਚਾਰ ਕਰ ਰਹੇ ਨੇ, ਅਸਲ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ 'ਤੇ 4 ਵਾਰੀ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ, ਮੰਨ ਚੁੱਕੇ ਹੈ, ਹੁਣ ਜਿਹੜਾ ਮੋਰਚਾ ਸਿੱਤ ਵੱਲ ਹੈ, ਸਰਕਾਰ ਆਨੇ ਬਹਾਨੇ ਆਪਦੇ ਬੰਦਿਆਂ ਰਾਹੀਂ, ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਸਰਕਾਰਾਂ ਦੀ, ਆਪ ਤਾਂ ਸਿੱਧੇ ਮੱਥੇ ਨਹੀਂ ਆ ਰਹੇ, ਕਿਸੇ ਨੂੰ ਭੇਜਦੇ ਹੁੰਦੇ ਨੇ ਵੀ ਤੁਸੀਂ ਜਾਓ ਤੁਹਾਨੂੰ ਸ਼ਾਬਾਸ਼ੇ ਮਿਲ ਜੂਗੀ। ਪਰ ਮੈਂ ਇਹ ਸਾਫ ਕਰਨਾ ਚਾਹੁੰਦਾ, 4 ਮੋਰਚਿਆਂ ਦੇ ਵਿੱਚ ਲੋਕ ਨਾਲ ਨੇ, ਕਿਉਂਕਿ ਲੋਕਾਂ ਦੀ ਲੜਾਈ ਹੈ ਕਿ MSP ਗਰੰਟੀ ਦਾ ਕਾਨੂੰਨ ਮਿਲਦਾ ਕੌਣ ਕਹਿੰਦਾ ਨਹੀਂ ਮਿਲਣਾ ਚਾਹੀਦਾ, ਸਵਾਮੀਨਾਥਨ ਦੀ ਰਿਪੋਰਟ ਕੌਣ ਕਹਿੰਦਾ ਵੀ ਨਹੀਂ ਲਾਗੂ ਹੋਣੀ ਚਾਹੀਦੀ, ਕਿਸਾਨ ਮਜ਼ਦੂਰ ਕਰਜ਼ੇ ਤੋਂ ਪੀੜਤ ਨੇ ਕਿਹੜਾ ਨਹੀਂ ਕਹਿੰਦਾ ਵੀ ਕਰਜ਼ਾ ਨਹੀਂ ਮਾਫ ਹੋਣਾ ਚਾਹੀਦਾ। ਇਹ ਸਾਰੀਆਂ ਜਿਹੜੀਆਂ ਸਾਡੀਆਂ 12 ਮੰਗਾਂ ਦੇ ਵਿੱਚੋਂ 4 ਮੰਗਾਂ ਮਜ਼ਦੂਰਾਂ ਦੀਆਂ, ਜਿਹੜੀ ਨਰੇਗਾ ਦੀ ਹੈ, ਕਿਹੜੀ ਸਰਕਾਰ ਨੇ ਉਹਨਾਂ ਨੂੰ ਦਿਹਾੜੀ ਵਧਾਈ ਹੈ, ਉਹ ਸਾਰੇ ਲੋਕਾਂ ਦੀਆਂ ਮੰਗਾਂ ਨੇ। ਸਰਕਾਰ ਜਾਣ ਬੁੱਝ ਕੇ ਇਹ ਮੰਗਾਂ ਤੋਂ ਖਹਿਰਾ ਛਡਾਉਣਾ ਚਾਹੁੰਦੀ ਹੈ, ਪਰ ਉਹ ਦਿਨ ਦੂਰ ਨਹੀਂ ਕਿ ਇਹ ਮੰਗਾਂ ਮੰਨਣੀਆਂ ਪੈਣਗੀਆਂ। ਬਾਕੀ ਮੇਰੇ ਨਾਲ ਜਿਹੜੇ ਦੂਜੇ ਸਾਡੇ ਕਿਸਾਨ ਆਗੂ ਬੈਠੇ ਨੇ, ਇਹ ਮੈਂ ਖਾਸ ਕਰਕੇ ਫਿਰ ਸਾਫ ਕਰ ਦੇਣਾ ਕਿ ਅਸੀਂ ਰਸਤੇ ਨਹੀਂ ਰੋਕੇ, ਸਰਕਾਰ ਨੇ ਰੋਕੇ ਹੈ, ਸਰਕਾਰ ਰੋਕਾ ਹਟਾ ਦੇ, ਅਸੀਂ ਦਿੱਲੀ ਵੱਲ ਜਾਂਦੇ ਹਾਂ, ਉਹ ਸਾਡੀ ਜੰਤਰ ਮੰਤਰ ਦੇ ਥਾਂ ਦੇ ਰਾਮਲੀਲਾ ਗਰਾਊਂਡ ਦੇ ਜਗ੍ਹਾ ਉਹਨੇ ਤੈਅ ਕਰਨੀ ਹੈ, ਅਸੀਂ ਜਾਵਾਂਗੇ। ਉਸ ਨੂੰ ਅਸੀਂ ਸਾਡੇ ਦੋਵੇਂ ਫੋਰਮਾਂ ਨਾਲ ਇਸ ਤਰ੍ਹਾਂ ਦੇਖਦੇ ਹਾਂ, ਕਿਉਂਕਿ ਇੱਕ ਹੁੰਦਾ ਹੈ ਸ਼ਰਾਰਤੀ ਅੰਤਰ, ਇੱਕ ਹੁੰਦਾ ਹੈ ਸਮਝ ਵਾਲਾ ਬੇਸਮਝ, ਜਾਣੀ ਬੇਸਮਝ ਅਤੇ ਸ਼ਰਾਰਤੀ ਅੰਤਰ ਦੋਵਾਂ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਸ਼ਰਾਰਤੀ ਅੰਤਰਾਂ ਵੱਲੋਂ ਇੱਕ ਸਾਜਿਸ਼ ਰਚੀ ਗਈ ਜਿਹਦੇ ਤਹਿਤ ਸਾਡੇ ਮੋਰਚੇ ਨੂੰ ਬਦਨਾਮ ਕਰਨਾ ਸੀ, ਅਤੇ ਉਹ ਸ਼ਰਾਰਤੀ ਅੰਤਰ ਸਰਕਾਰ ਦੇ ਸੈੱਲ ਨੇ, ਪ੍ਰਸ਼ਾਸਨ ਦੇ ਸੈੱਲ ਨੇ, ਜਾਣੀ ਪ੍ਰਸ਼ਾਸਨ ਦੀ ਅੱਖ ਦੇ ਹੇਠ, ਸਰਕਾਰ ਦੀ ਅੱਖ ਦੇ ਹੇਠ ਸਾਰਾ ਕੁਝ ਵਾਪਰਿਆ। ਪੰਜਾਬ ਸਰਕਾਰ ਦਾ ਪ੍ਰਸ਼ਾਸਨ, ਹਰਿਆਣਾ ਸਰਕਾਰ, ਕੇਂਦਰ ਸਰਕਾਰ ਇਸ ਘਟਨਾ ਦੀ ਜ਼ਿੰਮੇਵਾਰ ਹੈ, ਅਤੇ ਉਹ ਸ਼ਰਾਰਤੀ ਅੰਸਰ ਜ਼ਿੰਮੇਵਾਰ ਹੈ ਜਿਨ੍ਹਾਂ ਦੇ ਆਪਦੇ ਨਿੱਜੀ ਹਿੱਤ ਚੁੱਕੇ ਹੋਏ ਇਹਨਾਂ ਗੱਲਾਂ ਬਾਤਾਂ ਦੇ ਪਿੱਛੇ। ਇੱਥੇ ਰੁਕਾਵਟਾਂ ਸਾਡੇ ਕਿਸਾਨਾਂ ਨੇ ਨਹੀਂ ਖੜੀਆਂ ਕੀਤੀਆਂ ਹੋਈਆਂ, ਤੁਹਾਨੂੰ ਸਾਰੇ ਸਾਡੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ, ਅਸੀਂ ਕੋਈ ਸੜਕ ਨਹੀਂ ਰੋਕੀ ਹੋਈ। ਕੇਂਦਰ ਸਰਕਾਰ ਨੇ ਦੀਵਾਰਾਂ ਕੱਢੀਆਂ ਹੋਈਆਂ ਕੰਧਾਂ ਦੇ ਉੱਤੇ, ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ,
ਸਾਡੇ ਤਾਂ ਬੰਦੇ ਸ਼ਹੀਦ ਹੋ ਗਏ, ਬੰਦੇ ਖੱਟੜ ਹੋ ਗਏ, ਸਾਡੇ ਕਿੰਨੇ ਨਹੀਂ ਕਿਲਾਂ ਦਾ ਨੁਕਸਾਨ ਹੋ ਗਿਆ। ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਹਾਂ ਵੀ ਰਸਤਾ ਖੋਲ੍ਹੇ ਸਰਕਾਰ, ਅਸੀਂ ਦਿੱਲੀ ਜਾਣਾ। ਜਿਹੜੀ ਇਸ ਕਰਕੇ ਉਸ ਚੀਜ਼ ਦੀ ਮੰਗ ਕਰਨੀ ਜਿਹੜੀ ਤੁਹਾਡੇ ਪਾਸ ਕੋਈ ਚੀਜ਼ ਨਹੀਂ, ਮੈਂ ਉਸ ਚੀਜ਼ ਦੀ ਤੁਹਾਡੇ ਕੋਲੋਂ ਮੰਗ ਕਰਾਂ ਜੇ ਸ਼ਰਾਰਤੀ ਅੰਸਰ ਦਾ ਕੰਮ ਹੁੰਦਾ। ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸ਼ਰਾਰਤੀ ਅੰਸਰ ਕਹਿੰਦੇ ਹਾਂ ਜਿਹੜੇ ਬੇਵਜ੍ਹਾ ਉਹ ਸਾਡੇ ਅਣਭੋ ਲੋਕਾਂ ਨੂੰ ਲਿਆ ਕੇ ਸਾਡੇ ਮੋਰਚੇ 'ਚ ਖੜਾ ਕਰਦੇ ਅਤੇ ਸਾਡੇ ਗੱਲ ਸੁਣਦੇ ਆ, ਸਾਡੇ ਮੋਰਚੇ ਦੇ ਹਾਲਾਤ ਖਰਾਬ ਕਰਕੇ ਲੱਗੇ ਹੋਏ। ਜਾਣੀ ਸ਼ਰਾਰਤੀ ਅੰਸਰਾਂ ਦੇ ਬੈਕ ਸਾਈਡ ਪੰਜਾਬ ਸਰਕਾਰ ਹੈ, ਪੰਜਾਬ ਦਾ ਸਮੁੱਚਾ ਪ੍ਰਸ਼ਾਸਨ ਹੈ ਅਤੇ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਇਹ ਦੋਸ਼ੀ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਜੇ ਇਨਸਾਫ ਨਾਂ ਦੀ ਚੀਜ਼ ਹੈ, ਜਿਹੜੇ ਬੰਦਿਆਂ ਨੇ ਸਾਡੀ ਸਟੇਜ 'ਤੇ ਆ ਕੇ ਖੜ੍ਹ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ 'ਤੇ ਬਣਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਗ੍ਰਿਫਤਾਰੀ ਪਾਈ ਜਾਵੇ। ਅਸੀਂ ਸਮਝਦੇ ਹਾਂ ਲੋਕਾਂ ਦੀਆਂ ਦਿੱਕਤਾਂ, ਅਸੀਂ ਲੋਕਾਂ ਦੇ ਨਾਲ ਹਾਂ, ਅਸੀਂ ਸਮੂਹ ਦੇ ਹਿੱਤਾਂ ਦੀ ਗੱਲ ਕਰ ਰਹੇ ਹਾਂ, ਸਾਡਾ ਨਿੱਜੀ ਹਿੱਤ ਕੋਈ ਨਹੀਂ। ਅਸੀਂ ਸਮੂਹ ਦੇਸ਼ ਵਾਸੀਆਂ ਦੇ ਹਿੱਤਾਂ ਦੀ ਗੱਲ ਕਰਦੇ ਹੋਏ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਹਾਂ ਕਿ ਸਰਕਾਰ ਬਦਲਵਾਂ ਪ੍ਰਬੰਧ ਕਰੇ, ਜੇ ਰਸਤੇ ਸਰਕਾਰ ਨੇ ਰੋਕਿਆ ਲੋਕਾਂ ਵਾਸਤੇ ਰਸਤੇ ਦਾ ਪ੍ਰਬੰਧ ਕਰੇ ਹੋਵੇ। ਬਰਸਾਤ ਦਾ ਸਮਾਂ ਆਉਣਾ, ਦਿੱਕਤ ਆਉਂਦੀਆਂ, ਅਸੀਂ ਇਹ ਗੱਲ ਪ੍ਰਵਾਨ ਕਰਦੇ ਹਾਂ, ਸਾਨੂੰ ਵੀ ਦਿੱਕਤਾਂ, ਵੱਡੀਆਂ ਦਿੱਕਤਾਂ ਰਸਤੇ ਬੰਦ ਹੁੰਦੀਆਂ। ਇਸ ਕਰਕੇ ਅਸੀਂ ਰਾਹ ਬੰਦ ਨਹੀਂ ਕੀਤੇ, ਰਾਹ ਬੰਦ ਸਰਕਾਰ ਨੇ ਕੀਤੇ ਹੈ। ਉਸੇ ਕੋਲੋਂ ਮੰਗ ਕਰਨੀ ਚਾਹੀਦੀ ਹੈ ਜਿਹਦੇ ਕੋਈ ਚੀਜ਼ ਕੋਲੇ ਕੋਈ ਚੀਜ਼ ਹੋਵੇ, ਵਸਤ ਹੋਵੇ, ਜਿਹੜਾ ਪੂਰੇ ਕਰ ਸਕਦਾ ਹੋਵੇ, ਅਤੇ ਉਹ ਬੇਤੁਕੇ ਬਿਆਨ ਲਿਆ ਕੇ ਵਰਤਦੇ ਆ ਸਾਡੇ 'ਚ ਸ਼ਰਾਰਤੀ ਅੰਸਰ, ਸਾਡੇ ਗੁੰਮਰਾਹ ਕਰਦੇ ਆ ਸਾਡੇ ਕਿਸਾਨਾਂ ਨੂੰ, ਹਰ ਮਾਹੌਲ ਖਰਾਬ ਕਰਨ 'ਤੇ ਲੱਗੇ ਹੋਏ ਸਾਡੇ ਪਿੰਡਾਂ ਦਾ ਸਮੁੱਚੇ ਪਾਰ ਦੇ ਲੋਕ ਆ ਜਿਹੜੇ ਉਹ ਸਾਡੇ ਨਾਲ ਖੜ੍ਹੇ ਆ, ਲੰਗਰਾਂ ਦੀ ਸੇਵਾ ਕਰਦੇ ਰਹੇ, ਚਾਹ ਪਾਣੀ ਦੀ ਸੇਵਾ ਕਰਦੇ, ਅੱਜ ਵੀ ਜਾਰੀ ਹੈ। ਜਾਣੀ ਇਸ ਕਰਕੇ ਅਸੀਂ ਅੱਜ ਦੇ ਤੁਹਾਡੇ ਮਾਧਿਅਮ ਰਾਹੀਂ ਇਹ ਮੰਗ ਕਰਦੇ ਹਾਂ ਸਰਕਾਰ ਦੇ ਕੋਲੋਂ ਕਿ ਸਾਡੀਆਂ ਮੰਗਾਂ ਦਾ ਸਰਕਾਰ ਕੇਂਦਰ ਸਰਕਾਰ ਹੱਲ ਕਰੇ, ਨਹੀਂ ਉਹ ਕਰਨਾ ਤਾਂ ਰਸਤੇ ਖੋਲ੍ਹੇ ਅਤੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਉਨੀ ਦੇਰ ਤੱਕ, ਸਾਡੇ ਸਿਗਨਲ ਚੱਲਣਗੇ ਜਿੰਨੀ ਦੇਰ ਤੱਕ ਕੋਈ ਸਾਫ਼ ਹੱਲ ਸਾਡੀਆਂ ਮੰਗਾਂ ਦਾ ਸਰਕਾਰ ਨਹੀਂ ਕਰਦੀ। ਮੰਨੀਆਂ ਹੋਈਆਂ ਸਾਡੀਆਂ ਮੰਗਾਂ ਨੇ, ਕੋਈ ਨਵੀਂ ਮੰਗ ਨਹੀਂ ਹੈ ਸਾਡੀ, ਇਹਦੇ ਵਿੱਚ ਸਾਰੀਆਂ ਮੰਗਾਂ ਲਿਖਤੀ ਰੂਪ ਦੇ ਵਿੱਚ 2020-21 ਦੇ ਵਿੱਚ ਪ੍ਰਵਾਨ ਕੀਤੀਆਂ ਹੋਈਆਂ ਕੇਂਦਰ ਸਰਕਾਰ ਨੇ, ਉਹਨਾਂ ਦਾ ਅਸੀਂ ਸਾਫ਼ ਹੱਲ ਚਾਹੁੰਦੇ ਹਾਂ। ਇਸ ਕਰਕੇ ਅਸੀਂ ਸ਼ਾਂਤਮਈ ਢੰਗ ਤਰੀਕੇ ਨਾਲ ਸਾਡੇ ਸਿੰਘਾਂ ਦੇਸ਼ ਦੀ ਤਰ੍ਹਾਂ ਚੱਲਣਗੇ। ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਕੰਮ ਦਾ ਸਮਾਂ ਅਤੇ ਕੰਮ ਲੰਘ ਜਾਣੇ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਹੋਰ ਲਹਿਰਾਂ ਮਹਿਰਾਂ ਆਉਣੀਆਂ ਅਤੇ ਗਰੰਟੀ ਇਸ ਗੱਲ ਦੀ ਕਿ ਅਸੀਂ ਜਿੱਤਾਂਗੇ, ਅਸੀਂ ਉਹ ਮੰਗਾਂ ਸਰਕਾਰ ਦੇ ਗੱਲ 'ਤੇ ਗੋਡਾ ਰੱਖ ਕੇ ਮਨਵਾਵਾਂਗੇ ਅਤੇ ਸਫਲ ਹੋਵਾਂਗੇ।